ਜਿਹੜਾ ਅੱਗੇ ਡੌਂਕਰ ਸੀਗਾ ਉਹਦੇ ਕੋਲ ਫੋਟੋਆਂ ਵਟਸਐਪ ਕਰੀਆਂ ਸੀਗੀਆਂ ਸਾਡੀਆਂ। ਅਸੀਂ ਜਦੋਂ ਜਾ ਕੇ ਸਾਡੀ ਉੱਥੇ ਮੈਕਸੀਕੋ ਵਾਲੀ ਬੱਸ ਰੁਕੀ, ਉਹਨਾਂ ਨੇ ਜਾਂਦੇ ਸਾਨੂੰ ਉੱਥੋਂ ਰਿਸੀਵ ਕਰਿਆ, ਬਿਠਾਇਆ ਗੱਡੀਆਂ 'ਚ, ਗੱਡੀਆਂ 'ਚ ਬਿਠਾ ਕੇ ਜਦ ਉਹ ਤਾਂ ਉੱਥੇ ਤਾਂ ਬਾਹਲਾ ਹੀ ਬੁਰਾ ਹਾਲ ਸੀਗਾ। ਕੀ ਮਤਲਬ ਬੁਰੇ ਹਾਲ ਤੋਂ ਮਤਲਬ? ਜਦੋਂ ਉੱਥੇ ਗਏ ਸਾਨੂੰ ਇੱਕਦਮ ਪਿੱਛੋਂ ਥੱਕੇ ਆਏ, ਨੀਂਦ ਆਵੇ ਫੁੱਲ, ਦੋ ਦਿਨ ਬੱਸ 'ਚ ਸਫ਼ਰ ਕਰਿਆ ਸੀਗਾ। ਜਦੋਂ ਉੱਥੇ ਗਏ ਉੱਥੇ ਤਾਂ ਨਾ ਬਾਸ ਨੂੰ ਨਾ ਟਾਇਲਟ, ਉਹਨਾਂ ਨੂੰ ਉਹਨੂੰ ਪੁੱਛੀਏ ਨਾ ਉਹਨੂੰ ਸਾਡੀ ਭਾਸ਼ਾ ਸਮਝ ਆਵੇ, ਨਾ ਇੱਕ ਦੂਜੇ ਦੀ ਭਾਸ਼ਾ ਨਾ ਸਾਨੂੰ ਸਮਝ ਆਵੇ। ਤਾਂ ਜਿਹੜੇ ਦੂਜੇ ਮੁੰਡੇ ਵੀ ਸੀ ਉਹ ਕਹਿੰਦੇ ਵੀਰੇ ਉਰੇ ਜਿਵੇਂ ਆਪਣੇ ਉਰੇ ਬਾਲਟੀ ਨਹੀਂ ਹੁੰਦੀ 20 ਲੀਟਰ ਵਾਲੀ ਬਾਲਟੀ, ਉਹ ਰੱਖੀ ਹੋਈ ਹੈ ਕੈਂਪ ਦੂਜੇ ਦੇ ਵਿੱਚ, ਉੱਥੇ ਬਾਲਟੀ ਰੱਖੀ ਜਿੱਥੇ ਅਸੀਂ ਪਏ, ਦੋ ਗੱਦੇ ਲੱਗੇ ਸਿਰਫ, ਅਸੀਂ 22 ਜਾਣੇ ਉੱਥੇ ਜੋ ਕਰਨਾ ਬਾਲਟੀ 'ਚ। ਉਹ ਕਹਿੰਦਾ ਬਾਲਟੀ 'ਚ ਬਾਥਰੂਮ ਕਰ ਲਾ, ਟੋਇਲਟ ਦਾ ਉਰੇ ਸਿਸਟਮ ਨਹੀਂ ਹੈਗਾ। ਅਸੀਂ ਕਿਹਾ ਵੀ ਸਾਨੂੰ ਤੂੰ ਬਾਰਡਰ ਹੀ ਟਪਾ ਦੇ, ਉਹ ਕਹਿੰਦਾ ਅਜੇ ਨਹੀਂ, ਮੈਂ ਬਾਰਡਰ ਟਪਾਉਣਾ ਮੈਂ ਪਾਵਾਂਗਾ। ਅਸੀਂ ਕਿਹਾ ਅਸੀਂ ਤਾਂ ਮਰ ਜਾਵਾਂਗੇ,